ਫਾਈਨੈਂਸ਼ੀਅਲ ਮੈਨੇਜਮੈਂਟ ਫਾਈਨੈਂਸ਼ੀਅਲ ਮੈਨੇਜਮੈਂਟ ਦਾ ਮੀਨਿੰਗ ਹੈਗਾ ਵੀ ਮਨੀ ਨੂੰ ਮੈਨੇਜ ਕਰਨਾ ਜਾਂ ਫਿਰ ਫਾਈਨਾਂਸ ਨੂੰ ਮੈਨੇਜ ਕਰਨਾ, ਜਾਂ ਤੁਸੀਂ ਇਸ ਤਰ੍ਹਾਂ ਵੀ ਲੈ ਸਕਦੇ ਹੋ ਕਿਸ ਤਰ੍ਹਾਂ ਅਸੀਂ ਇਕੱਠਾ ਕਰਦੇ ਹੈਗੇ ਹਾਂ ਜਾਂ ਯੂਜ਼ ਕਰਦੇ ਹੈਗੇ ਫਾਈਨਾਂਸ ਨੂੰ, ਉਹਨੂੰ ਕਹਿ ਸਕਦੇ ਹਾਂ ਫਾਈਨੈਂਸ਼ੀਅਲ ਮੈਨੇਜਮੈਂਟ। ਇੰਟਰੋਡਕਸ਼ਨ ਦੇਖੀਏ ਨਾ, ਫਾਈਨਾਂਸ ਕੈਨ ਬੀ ਡਿਫਾਈਨਡ ਐਜ਼ ਦੀ ਐਕਟ ਆਫ ਸਾਇੰਸ ਆਫ ਮੈਨੇਜਿੰਗ ਮਨੀ। ਆਲ ਇੰਡੀਵਿਜੁਅਲ ਔਰਗਨਾਈਜੇਸ਼ਨ ਰੇਜ਼ ਮਨੀ ਐਂਡ ਸਪੈਂਡ ਇਨਵੈਸਟ ਮਨੀ। ਸਾਰੀਆਂ ਕੰਪਨੀਆਂ ਚਾਹੇ ਇੰਡੀਵਿਜੁਅਲ ਹੈ ਚਾਹੇ ਪ੍ਰੋਪਰਾਈਟਰਸ਼ਿਪ ਹੈ ਚਾਹੇ ਕੰਪਨੀ, ਸਭ ਲੋਕ ਜਿਹੜਾ ਪੈਸੇ ਇਨਵੈਸਟ ਵੀ ਕਰਦੇ ਹੈ, ਇਕੱਠਾ ਵੀ ਕਰਦੇ ਹੈਗੇ ਹੈ, ਜਾਂ ਫਿਰ ਕਿਤੇ ਨਾ ਕਿਤੇ ਯੂਜ਼ ਵੀ ਕਰਦੇ ਹੈਗੇ ਹਾਂ, ਅਸੀਂ ਉਹਨੂੰ ਕਹਿੰਦੇ ਹੈਗੇ ਫਾਈਨੈਂਸ਼ੀਅਲ ਮੈਨੇਜਮੈਂਟ। ਫਾਈਨੈਂਸ਼ੀਅਲ ਮੈਨੇਜਮੈਂਟ ਦਾ ਜਿਹੜਾ ਤੁਹਾਡਾ ਸਕੋਪ ਹੈ ਉਹ ਕੀ ਹੈਗਾ, ਸਕੋਪ ਦੇ ਵੀ ਦੇਖੋ ਅਗਲੇ ਪੇਜ ਵਿੱਚ ਦਿੱਤਾ ਹੈਗਾ। ਫਾਈਨੈਂਸ਼ੀਅਲ ਮੈਨੇਜਮੈਂਟ ਦਾ ਸਕੋਪ ਵੀ ਸਭ ਤੋਂ ਪਹਿਲਾਂ ਹੁੰਦੀ ਫਾਈਨੈਂਸ਼ੀਅਲ ਅਨਾਲਿਸਿਸ ਪਲੈਨਿੰਗ ਐਂਡ ਕੰਟਰੋਲ। ਫਾਈਨੈਂਸ਼ੀਅਲ ਅਨਾਲਿਸਿਸ ਦਾ ਮਤਲਬ ਕੀ ਹੋ ਗਿਆ, ਫਾਈਨਾਂਸ ਅਸੀਂ ਕਿੱਥੇ ਕਿੱਥੇ ਲਗਾਉਣਾ ਹੈਗਾ, ਕਿੱਥੇ ਯੂਜ਼ ਕਰਨਾ ਹੈਗਾ, ਜਾਂ ਫਿਰ ਉਹਨੂੰ ਕੰਟਰੋਲ ਕਿਸ ਤਰ੍ਹਾਂ ਕਰਨਾ ਹੈਗਾ, ਉਹਨੂੰ ਅਸੀਂ ਕਹਾਂਗੇ ਫਾਈਨੈਂਸ਼ੀਅਲ ਸਕੋਪ। ਸੈਕਿੰਡ ਦਾ ਲਿਖਿਆ ਅਨਾਲਿਸਿਸ ਆਫ ਫਾਈਨੈਂਸ਼ੀਅਲ ਕੰਡੀਸ਼ਨ ਐਂਡ ਪ੍ਰੈਫਰੈਂਸ। ਫਾਈਨਾਂਸ ਦੀਆਂ ਕੰਡੀਸ਼ਨ ਕੀ ਨੇ ਔਰ ਪ੍ਰੈਫਰੈਂਸ ਕੀ ਹੈ, ਅਸੀਂ ਕਿਸ ਚੀਜ਼ ਨੂੰ ਜ਼ਿਆਦਾ ਪ੍ਰੈਫਰੈਂਸ ਕਰਦੇ ਹਾਂ, ਜਿਵੇਂ ਕਿ ਲੌਂਗ ਟਰਮ, ਸ਼ੋਰਟ ਟਰਮ, ਜਾਂ ਫਿਰ ਮੀਡੀਅਮ ਟਰਮ ਦੇ ਵਿੱਚ। ਉਸ ਤੋਂ ਬਾਅਦ ਹੋਏਗਾ ਪ੍ਰੋਫਿਟ ਪਲੈਨਿੰਗ। ਫਾਈਨਾਂਸ ਦੇ ਵਿੱਚ ਆਲਵੇਜ਼ ਤੁਸੀਂ ਦੇਖਦੇ ਕਿੱਥੇ ਵੀ ਪੈਸਾ ਲਗਾਉਣਾ, ਹਮੇਸ਼ਾ ਕੀ ਕਰਦੇ ਹਾਂ ਪ੍ਰੋਫਿਟ ਦੀ ਪਲੈਨਿੰਗ ਪਹਿਲਾਂ ਹੁੰਦੀ ਹੈ ਵੀ ਪ੍ਰੋਫਿਟ ਹੋਏਗਾ ਤਾਂ ਹੀ ਕੰਮ ਕਰਿਆ ਜਾਣਾ। ਥਰਡ ਫੋਰਥ ਲਿਖਿਆ ਨਾ ਫਾਈਨਾਂਸ ਫੋਰਕਾਸਟਿੰਗ। ਫਾਈਨੈਂਸ਼ੀਅਲ ਬਾਰੇ ਅਸੀਂ ਪਹਿਲਾਂ ਤੁਸੀਂ ਫੋਰਕਾਸਟ ਵੀ ਕਰਦੇ ਹਾਂ, ਅਨੁਮਾਨ ਵੀ ਲਗਾਉਂਦੇ ਹੈਗੇ ਫਿਊਚਰ ਦੇ, ਮੰਨ ਲਓ ਅਸੀਂ ਕੁਛ ਕਰਨਾ ਹੈ ਤਾਂ ਸਾਨੂੰ ਕਿੰਨਾ ਫਾਈਨਾਂਸ ਦੀ ਲੋੜ ਪਏਗੀ। ਨੈਕਸਟ ਹੈਗਾ ਫਾਈਨੈਂਸ਼ੀਅਲ ਕੰਟਰੋਲ। ਕੰਟਰੋਲ ਦੇ ਵਿੱਚ ਤੁਹਾਡੀਆਂ ਅਲੱਗ ਅਲੱਗ ਟੈਕਨੀਕਸ ਲਗਾਉਣਗੀਆਂ, ਫੋਰਕਾਸਟਿੰਗ ਜਾਂ ਡਿਸੀਜਨ ਮੇਕਿੰਗ, ਇਹਦੇ ਉੱਪਰ ਕੰਟਰੋਲ ਅਸੀਂ ਕਰਦੇ ਹਾਂ। ਇੰਪੋਰਟੈਂਟ ਟੋਪਿਕ ਇਹਨਾਂ ਦੇਖੋ ਚਾਰਟ ਦੇ ਵਿੱਚ ਲਿਖੇ ਹੈਗੇ, ਮੰਨ ਲਓ ਤੁਹਾਡੀ ਬੈਲੈਂਸ ਸ਼ੀਟ ਦੇ ਅਕੋਰਡਿੰਗ ਦੇਖੋ ਕਿਹੜੇ ਕਿਹੜੇ ਟੋਪਿਕ ਤੁਹਾਡੇ ਕੋਲ ਆਉਣਗੇ। ਸਭ ਤੋਂ ਪਹਿਲਾਂ ਜਿਵੇਂ ਕੈਪੀਟਲ ਦੇ ਅਕੋਰਡਿੰਗ ਆਉਣਗੇ ਤਾਂ ਕੈਪੀਟਲ ਸਟਰਕਚਰ ਔਰ ਕੋਸਟ ਆਫ ਕੈਪੀਟਲ। ਕੈਪੀਟਲ ਸਟਰਕਚਰ ਮੀਨ ਤੁਹਾਡੀ ਕੈਪੀਟਲ ਕਿਸ ਪ੍ਰਕਾਰ ਦੀ ਹੋਏਗੀ, ਇਕੁਇਟੀ, ਪ੍ਰੈਫਰੈਂਸ ਜਾਂ ਫਿਰ ਡਿਵੈਂਚਰ ਬੇਸ ਤੇ, ਜਾਂ ਫਿਰ ਤੁਹਾਡੀ ਕੈਪੀਟਲ ਦੀ ਕੋਸਟ ਜਿਵੇਂ ਕਿ ਸ਼ੇਅਰ ਵਗੈਰਾ ਦੀ ਵੈਲਿਊ ਰੱਖਦੇ ਹੈਗੇ ਉਹ ਆ ਜਾਣੀ ਹੈ। ਸਿਕਿਓਰ ਲੋਨ ਦੇ ਵਿੱਚ ਲਿਖਿਆ ਵਰਕਿੰਗ ਕੈਪੀਟਲ ਮੈਨੇਜਮੈਂਟ, ਤੁਹਾਡੇ ਕੋਲ ਜਿਹੜੀ ਕੈਪੀਟਲ ਆਏਗੀ ਉਹ ਕਿਸ ਤਰ੍ਹਾਂ ਤੁਹਾਨੂੰ ਯੂਜ਼ ਕਰੋਗੇ, ਲੋਨ ਲਓਗੇ, ਅਨਸਿਕਿਓਰਡ ਹੋਣਗੇ ਜਾਂ ਕਿਸੇ ਦੀ ਇਨਵੈਸਟਮੈਂਟ ਕਰਵਾਓਗੇ। ਐਸਟਸ ਇਹਨਾਂ ਲਿਖੀਆਂ ਕੈਪੀਟਲ ਬਜਟਿੰਗ, ਇਹ ਤੁਹਾਡੇ ਕੋਲ ਸਾਰੇ ਅਲੱਗ ਅਲੱਗ ਚੈਪਟਰ ਹੀ ਆਉਣੇ ਹੈਗੇ, ਇਹਨਾਂ ਬਾਰੇ ਆਪਾਂ ਨੂੰ ਕੁਛ ਜ਼ਿਆਦਾ ਡੀਪਲੀ ਪੜ੍ਹਨ ਕਿ ਨੈਕਸਟ ਜੋ ਚੈਪਟਰ ਆਉਣਗੇ ਉਦੋਂ ਦੇਖ ਲਾਂਗੇ। ਮੇਨ ਹੈਗਾ ਤੁਹਾਡੇ ਓਬਜੈਕਟਿਵ ਕੀ ਹੈਗੇ ਫਾਈਨੈਂਸ਼ੀਅਲ ਮੈਨੇਜਮੈਂਟ ਦੇ। ਫਾਈਨੈਂਸ਼ੀਅਲ ਮੈਨੇਜਮੈਂਟ ਦੇ ਓਬਜੈਕਟਿਵ ਦੋ ਪ੍ਰਕਾਰ ਨਾਲ ਦੇਖੇ ਜਾ ਸਕਦੇ ਹਨ, ਜਾਂ ਤਾਂ ਪ੍ਰੋਫਿਟ ਮੈਕਸੀਮਾਈਜੇਸ਼ਨ ਜਾਂ ਫਿਰ ਵੈਲਥ ਮੈਕਸੀਮਾਈਜੇਸ਼ਨ। ਪ੍ਰੋਫਿਟ ਮੈਕਸੀਮਾਈਜੇਸ਼ਨ ਦਾ ਮਤਲਬ ਕੀ ਹੋਏਗਾ, ਆਲਵੇਜ ਕੰਪਨੀਆਂ ਇਹ ਦੇਖਦੀ ਹੈਗੀ ਸਾਡਾ ਪ੍ਰੋਫਿਟ ਜੋ ਹੈ ਇਨਕਰੀਜ਼ ਹੋਣਾ ਚਾਹੀਦਾ। ਇਹ ਜਿਹੜੀ ਅਪਰੋਚ ਹੈਗੀ ਟ੍ਰੈਡੀਸ਼ਨਲ ਹੈ, ਪਹਿਲਾਂ ਜਿਹੜੀਆਂ ਕੰਪਨੀਆਂ ਆਲਵੇਜ਼ ਦੇਖਦੀਆਂ ਸੀ ਹਮੇਸ਼ਾ ਦੇਖਦੀ ਸਾਡਾ ਪ੍ਰੋਫਿਟ ਹੀ ਇਨਕਰੀਜ਼ ਹੋਣਾ ਚਾਹੀਦਾ ਹੈ, ਉਹਨਾਂ ਨੂੰ ਹੋਰ ਕੁਛ ਮਤਲਬ ਨਹੀਂ ਹੁੰਦਾ ਸੀਗਾ। ਮੀਨਸ ਕੰਪਨੀ ਸਟਾਰਟ ਹੋਈ ਹੈ ਤਾਂ ਪ੍ਰੋਫਿਟ ਬੇਸ ਤੇ ਹੀ ਜਾਣੀ ਚਾਹੀਦੀ ਹੈਗੀ ਹੈ, ਹੋਰ ਕਿਸੇ ਚੀਜ਼ ਦਾ ਮਤਲਬ ਨਹੀਂ ਹੁੰਦਾ ਸੀਗਾ। ਜਿਵੇਂ ਲਿਖਿਆ ਪ੍ਰੋਫਿਟ ਓਬਜੈਕਟਿਵ ਡਸ ਨੋਟ ਟੇਕ ਇਨ ਅਕਾਊਂਟ ਇਨ ਟਾਈਮ ਆਫ ਪੈਟਰਨ ਆਫ ਰਿਟਰਨ, ਇਹਦੇ ਵਿੱਚ ਕੋਈ ਟਾਈਮ ਨਹੀਂ ਦੇਖਦੇ ਸੀਗੇ, ਉਹਨਾਂ ਨੇ ਬਸ ਇਹ ਦੇਖਣਾ ਸੀਗਾ ਵੀ ਅਸੀਂ ਕਿੰਨਾ ਪੈਸਾ ਪ੍ਰੋਫਿਟ ਦੇ ਵਿੱਚ ਕਮਾਉਣਾ ਹੈਗਾ। ਰੇਟ ਆਫ ਰਿਟਰਨ ਟਾਈਮ ਜਾਂ ਕੁਛ ਟਾਈਮ ਦੇਖਦੇ ਸੀਗੇ। ਇਗਜ਼ਾਮਪਲ ਤੁਸੀਂ 5 ਲੱਖ ਲਗਾ ਕੇ ਕੋਈ ਬਿਜ਼ਨਸ ਸਟਾਰਟ ਕੀਤਾ, ਉਹਨਾਂ ਨੇ ਇਹ ਨਹੀਂ ਦੇਖਣਾ ਸੀ ਵੀ 5 ਲੱਖ ਸਾਡਾ ਕਿੰਨੇ ਟਾਈਮ 'ਚ ਰਿਕਵਰ ਹੋਊਗਾ, ਉਹਨਾਂ ਨੇ ਸਿਰਫ ਇਹ ਦੇਖਣਾ ਹੁੰਦਾ ਸੀਗਾ ਵੀ ਸਾਡਾ ਪੈਸਾ ਕਿੰਨੇ ਟਾਈਮ ਦੇ ਵਿੱਚ ਅਸੀਂ ਪ੍ਰੋਫਿਟ ਕਮਾਉਂਦੇ ਚਲੇ ਜਾਵਾਂਗੇ। ਹਰ ਸਾਲ ਇਨਕਰੀਜ਼ ਹੀ ਕਰਨਾ ਹੈ, ਡਿਕਰੀਜ਼ ਨਹੀਂ ਹੋਣਾ ਚਾਹੀਦਾ। ਜਿਹੜੀ ਨਿਊ ਅਪਰੋਚ ਆਈ ਹੈ ਤੁਹਾਡੀ ਮਾਡਰਨ ਅਪਰੋਚ, ਉਹ ਹੈਗੀ ਹੈ ਵੈਲਥ ਮੈਕਸੀਮਾਈਜੇਸ਼ਨ। ਇਹਦੇ ਵਿੱਚ ਕੀ ਹੈ, ਰੇਟ ਆਫ ਰਿਟਰਨ ਪਲੱਸ ਹਮੇਸ਼ਾ ਐਸਟ ਬੇਸ ਤੇ ਕੰਮ ਕੀਤਾ ਜਾਂਦਾ, ਜਿੰਨੀ ਜ਼ਿਆਦਾ ਸਾਡੇ ਕੋਲ ਇਨਵੈਸਟਮੈਂਟ ਹੋਏਗੀ ਉਸ ਦੇ ਉੱਪਰ ਫਾਈਨੈਂਸ਼ੀਅਲ ਪ੍ਰੋਫਿਟ ਤਾਂ ਆਟੋ ਮੋਡ ਤੇ ਹੋਏਗਾ, ਜਿੰਨੀ ਤੁਸੀਂ ਇਨਵੈਸਟਮੈਂਟ ਕਰਵਾਉਂਦੇ ਚਲੇ ਜਾਓਗੇ ਜਾਂ ਫਿਰ ਖੁਦ ਕਰਦੇ ਚਲੇ ਜਾਓਗੇ ਪ੍ਰੋਫਿਟ ਆਟੋ ਮੋਡ ਤੇ ਹੀ ਵੱਧਦਾ ਚਲਾ ਜਾਏਗਾ। ਮੋਸਟਲੀ ਜ਼ਿਆਦਾਤਰ ਜਿਹੜਾ ਧਿਆਨ ਦਿੱਤਾ ਜਾਂਦਾ ਇਹਦੇ ਵਿੱਚ ਕੀਤਾ ਜਾਂਦਾ ਐਸਟ ਬੇਸ ਤੇ, ਜ਼ਿਆਦਾਤਰ ਐਸਟਸ ਹੀ ਇਨਕਰੀਜ਼ ਕਰੀ ਜਾਂਦੀ ਕੰਪਨੀ ਦੇ ਵਿੱਚ, ਜਿਵੇਂ ਕਿ ਤੁਸੀਂ ਸ਼ੇਅਰ, ਬੌਂਡਸ ਕੁਛ ਵੀ ਲਗਾ ਸਕਦੇ ਹੈਗੇ ਹੋ। ਪ੍ਰੈਫਰੈਂਸ ਜ਼ਿਆਦਾਤਰ ਮੋਸਟਲੀ ਇਕੁਇਟੀ ਸ਼ੇਅਰ ਜਾਂ ਫਿਰ ਪ੍ਰੈਫਰੈਂਸ ਸ਼ੇਅਰ ਦੇ ਉੱਪਰ ਹੀ ਜ਼ਿਆਦਾ ਗੱਲ ਹੋਏਗੀ, ਇਹਦੇ ਵਿੱਚ ਜਿਹੜੇ ਪੈਸੇ ਜ਼ਿਆਦਾ ਹੋਣਗੇ ਸ਼ੇਅਰ ਦੇ ਵਿੱਚ ਹੀ ਵੈਲਿਊ ਹੁੰਦੀ, ਇਹਦੇ ਵਿੱਚ ਜ਼ਿਆਦਾਤਰ ਐਸਟਸ ਹੀ ਤੁਹਾਡੀ ਕੰਪਨੀ ਦੇ ਇਨਕਰੀਜ਼ ਹੁੰਦੇ ਚੱਲ ਜਾਣਗੇ। ਤਾਂ ਇਹ ਦੋ ਪੁਆਇੰਟ ਸੀਗੇ ਜਿਹੜੇ ਕੀ ਨੇ ਓਬਜੈਕਟਿਵ ਬੇਸ ਤੇ ਆਉਂਦੇ ਹੈ, ਇੱਕ ਆਏਗਾ ਟ੍ਰੈਡੀਸ਼ਨਲ ਹੋਏਗਾ ਤੁਹਾਡਾ ਪ੍ਰੋਫਿਟ ਮੈਕਸੀਮਾਈਜੇਸ਼ਨ, ਇੱਕ ਆਏਗਾ ਮਾਡਰਨ ਹੋਏਗਾ ਵੈਲਥ ਮੈਕਸੀਮਾਈਜੇਸ਼ਨ। ਵੈਲਥ ਦੇ ਵਿੱਚ ਕੀ ਆਏਗਾ, ਰੇਟ ਆਫ ਰਿਟਰਨ ਪਹਿਲਾਂ ਹੀ ਦੇਖਿਆ ਜਾਂਦਾ ਹੈਗਾ ਵੀ ਅਸੀਂ ਕੋਈ ਪੈਸੇ ਲਗਾਏ ਹੈ ਕਿੰਨੇ ਟਾਈਮ ਦੇ ਵਿੱਚ ਅਸੀਂ ਉਹ ਰਿਕਵਰ ਕਰਾਂਗੇ ਔਰ ਕਿੰਨੇ ਅਸੀਂ ਐਸੈਟਸ ਬਣਾਉਂਦੇ ਚਲੇ ਜਾਵਾਂਗੇ। ਦੋ ਨੰਬਰ 'ਚ ਕੁਸ਼ਚਨ ਆ ਸਕਦਾ ਸਟੇਕ ਹੋਲਡਰ, ਇੱਕ ਹੁੰਦੇ ਆ ਸ਼ੇਅਰ ਹੋਲਡਰ, ਇੱਕ ਹੁੰਦੇ ਸਟੇਕ ਹੋਲਡਰ। ਸਟੇਕ ਹੋਲਡਰ ਕੀ ਹੁੰਦੇ, ਜਿਹੜੇ ਕੰਪਨੀ ਨਾਲ ਜੁੜੇ ਹੁੰਦੇ ਹੈ, ਜਿਵੇਂ ਕਿ ਐਗਜ਼ਾਮਪਲ ਇਹਨਾਂ ਦਿੱਤੀ ਹੈਗੀ ਹੈ ਇੰਪਲੋਈ, ਕਸਟਮਰ, ਸਪਲਾਇਰ, ਕ੍ਰੈਡਿਟਰਸ, ਓਨਰਸ ਐਂਡ ਅਦਰਸ ਹੂ ਹੈਵ ਅ ਡਾਇਰੈਕਟ ਇਕਨੋਮਿਕ ਲਿੰਕ ਟੂ ਦੀ ਫਰਮ, ਜਿਹੜੇ ਕਿ ਕੰਪਨੀ ਨਾਲ ਜੁੜੇ ਹੁੰਦੇ ਹੈ ਉਹਨਾਂ ਨੂੰ ਕਹਿੰਦੇ ਹੈ ਸਟੇਕ ਹੋਲਡਰ। ਸ਼ੇਅਰ ਹੋਲਡਰ ਉਹਨਾਂ ਜਿਨ੍ਹਾਂ ਨੇ ਕੰਪਨੀ ਦੇ ਸ਼ੇਅਰ ਖਰੀਦੇ। ਰੋਲਸ ਆਫ ਐਥਿਕਸ, ਰੋਲਸ ਆਫ ਐਥਿਕਸ ਦਾ ਮੀਨਿੰਗ ਕੀ ਹੋਏਗਾ, ਮੀਨਸ ਕੰਪਨੀ ਦੇ ਜਿਹੜੇ ਆਪਣੇ ਐਥਿਕਸ ਕੀ ਹੈਗੇ ਨੇ, ਕਿਸ ਬੇਸ ਤੇ ਕੰਪਨੀ ਕੰਮ ਕਰ ਰਹੀ ਹੈ। ਅਸੀਂ ਕਹਾਂਗੇ ਜਦ ਤੱਕ
प्लस ओदे फंक्शन लिखा फाइनेंशियल मैनेजमेंट केड़े-केड़े फंक्शन करती है। फाइनेंशियल मैनेजमेंट दे तीन मेन फंक्शन हैगा, एक हैगा इन्वेस्टमेंट, एक हैगा फाइनेंसिंग, एक हैगा डिविडेंड प्रेफरेंस। इन्वेस्टमेंट देखो की करवांदी कंपनी इन्वेस्टमेंट दे विच, मैनेजमेंट ऑफ करंट एसेट्स, कैपिटल बजटिंग एंड मैनेजमेंट ऑफ मर्जर रीऑर्गेनाइजेशन एंड डिसइन्वेस्टमेंट। जो इन्वेस्टमेंट की गल होगी तो कंपनी ने तीन काम कर दी, सब तो पहला की दस देख सकते हो रीऑर्गेनाइजेशन पहला आता है, कंपनी ने कैपिटल अगर दोबारा बनानी है किस तरह बनाएंगे, मर्जर करना है, मर्जर का मीनिंग होगा दो कंपनी इकट्ठी होगी एक नवी कंपनी बनानी है, या फिर डिसइन्वेस्टमेंट। डिसइन्वेस्टमेंट का मीनिंग तुम पहला भी करी थी, पता कुछ मीनिंग ऐसा की होंगे, मतलब कि जिन्नी भी कंपनी चल रही है उन्होंने पब्लिक अंडरटेकिंग जो है खत्म ना हो, उसलिए की है डिसइन्वेस्टमेंट आती है पॉलिसी। मोस्टली तुम देखे ज्यादातर प्राइवेट सैक्टर आ रहे हैं कंपनियों के डिसइन्वेस्टमेंट, इसलिए ले जाती है पब्लिक सैक्टर बिल्कुल ही खत्म ना हो जाए, इसलिए की डिसइन्वेस्टमेंट पॉलिसी ले जाती है। करंट एसेट दे विच की होंगे थोड़ी सिक्योरिटीज, जिन्ने पैसे तुसी लेने हैगे या फिर इन्वेंटरीज करनी है और सारी ये आ जाएगी। कैपिटल बजटिंग दे विच होगा बजट रेडी करना है कैपिटल लिए, दूसरा थोड़ा फंक्शन है फाइनेंसिंग। फाइनेंसिंग का मतलब होगा तुसी कंपनी दी जिहड़ी फाइनेंसिंग करा रहे हो किस बेस ते करा रहे होगे, सब तो पहला सोर्स ऑफ फाइनेंस कितों पैसा आएगा, फिर है डिटरमिनेशन ऑफ फाइनेंसिंग मिक्स मीनस जो कंपनी फाइनेंस रखना है वो किस बेस से लेके चलोगे, क्योंकि कंपनी जरूरी नहीं है कि बेस से कैपिटल होगी, मान लो सारी इक्विटी होगी, मिक्स हो सकती है इक्विटी प्रेफरेंस प्लस डिवेंचर भी हो सकती है। कल्टीवेटिंग सोर्स ऑफ फंड्स एंड रेसिंग फंड्स मीनस सोर्स ऑफ फंड्स किदा दे होंगे थोड़े लॉन्ग टर्म शॉर्ट टर्म या फिर मीडियम टर्म और उन्होंने यूजेस तुसी किस तरह करोगे। थर्ड जो कंपनी का फंक्शन है डिविडेंड प्रेफरेंस। डिविडेंड प्रेफरेंस का मीनिंग सबको पता है डिविडेंड किस शेयर होल्डर को मिलता है, सिर्फ प्रेफरेंस शेयर होल्डर को एक प्रेफरेंस होती है भी उनको डिविडेंड मिलना ही मिलना है, कंपनी में प्रॉफिट हो जाए लॉस हो हर साल कंपनी में उनको डिविडेंड मिलता है, जो फिक्स रेट पे उनको बताया जाता है इतने परसेंट तुम्हें डिविडेंड मिलना है। प्रेफरेंस ऑलवेज दी जाती है प्रेफरेंस शेयर होल्डर, अगर कंपनी का प्रॉफिट हो जाता है तो इक्विटी शेयर होल्डर वाले भी मिल जाता है, इक्विटी शेयर होल्डर ओनर होंगे कंपनी तो उन्होंने भी होंगे प्रॉफिट उन्होंने भी मिलता है, लेकिन जो पहला मिलना है वो मिलना है प्रेफरेंस शेयर होल्डर, क्योंकि उन्होंने कंडीशन होंगी कि उन्होंने अगर कंपनी पैसा लगाया तो उन्होंने हर साल डिविडेंड मिलना ही मिलना है। तो तीनों कंपनी के जो मेन फंक्शन है यही है, एक इन्वेस्टमेंट देखनी है उन्होंने, फिर फाइनेंस देखना है, तीसरा डिविडेंड देखना है। जो उस तो अलावा इन्होंने दो फंक्शन थोड़े होर भी लिखे कंपनी ने, एक ट्रेजरी फंक्शन एक हो गया कंट्रोल फंक्शन। ट्रेजरी फंक्शन का भी तो हो गया मीनिंग खजानसी वाला काम हो गया, सारा फाइनेंस बेस पे ही काम होगा सारा, जिन्ना भी कंपनी काम करेगी फाइनेंस रिलेटिंग होगा, चाहे लॉन्ग टर्म शॉर्ट टर्म या फिर मीडियम टर्म भी आ जाएगा, ये कैपिटल बजटिंग इन्वेंटरी सारी टेक्निक्स जाकर नाल आ जाएंगे। एक है थोड़ा कंट्रोल फंक्शन, कंट्रोल दे भी सारे इन्वेंटरी डिसीजन ये सारी थ्योरी आ गई बजटिंग वाली भी, ठीक है। दो फंक्शन मेन लिखना, वैसे मेन तीन जो मेन थोड़े तीन फंक्शन यही है इन्वेस्टिंग फाइनेंसिंग और डिविडेंड। पेज नंबर है 6 मिल गया। रिलेशन ऑफ फाइनेंस विद इकोनॉमिक्स कुछ दस सकते हो, इकोनॉमिक्स के नाल इहदा कितना दा रिलेशन है फाइनेंस का, थोड़े अपने पॉइंट ऑफ व्यू होणगे, इकोनॉमिक्स तुमने पढ़ी है। हाँ जी, इकोनॉमिक्स दे नाल फाइनेंस दा कितना रिलेशन है, क्योंकि फाइनेंस दे विच असीं मोस्टली टेक्निक्स जिहड़ी इकोनॉमिक्स वाली यूज करते हैं, ऑलवेज प्रॉफिट इनक्रीज लई कुछ ना कुछ स्ट्रैटेजी लगाने हैगे, तो असीं कह सकते हैं इकोनॉमिक्स नाल जिहड़ा साडा रिलेशन हैगा, केड़ी केड़ी पॉलिसी तुसीं यूज करदे हो उहदे विच डिमांड सप्लाई जिवें असीं देखदे हैगे, तो उहदे नाल फाइनेंस दा मेन मैटर करदा ही हैगा, अगर इनकम होएगी तां ही डिमांड वगैरह कुछ होएगी, अदरवाइज डिमांड वगैरह नहीं होंदी। प्रॉफिट मैक्सिमाइज स्ट्रैटेजी जिवें असीं गोइंग रेट ऑफ रिटर्न या फिर इंटरनल रेट ऑफ रिटर्न स्कीम्स वगैरह इदां दी स्ट्रैटेजी असीं पढ़ी है, तो इकोनॉमिक्स के बेस से भी जिन्नी काम होंगे है फाइनेंस के होंगे अभी कह सकते हैं कि रिलेशन है। द फील्ड इज फाइनेंस इज क्लोजली रिलेटेड टू इकोनॉमिक्स, फाइनेंशियल मैनेजर मस्ट बी एबल टू यूज इकोनॉमिक थ्योरीज गाइडेंस एंड फॉर एफिशियंट बिजनेस ऑपरेशन। जिहड़ा भी बिजनेस परसन चला रहा होगा इकोनॉमिक्स की थ्योरी यूज करने वाला होना चाहिए, क्योंकि उन्होंने पता होना चाहिए प्रॉफिट जो इंक्रीज करना किस बेस से करना है, इन्वेंटरीज वगैरह भी तुसी करोगे वो इकोनॉमिक्स बेस से आ जाती है, डिमांड सप्लाई देखोगे वो भी इकोनॉमिक बेस से आने की, ठीक है। फिर है रिलेशन टू द अकाउंटिंग, रिलेशन टू द अकाउंटिंग कितना है फाइनेंस का, सब तो पहले इम्पेसिस ऑन कैश फ्लो, हमेशा जो है कैश फ्लो के उपर देखा जाए मेन प्रभाव जो थोड़ा फाइनेंस के होता है कैश फ्लो इनफ्लो और आउटफ्लो। इनफ्लो होगा जिन्हों से तुम पैसे रिकवर करने हैं और रिकवर करे जाने टाइम टू टाइम, जिन्होंने देने उन्होंने भी टाइम टू टाइम दे देंगे, अगर यह बैलेंस नहीं होगा तो कभी भी कोई बिजनेस सक्सेसफुल नहीं होता, मीनस ऑब्जेक्टिव कभी भी ऑब्जेक्ट अचीव नहीं होगी। हम अभी सोचिए भी किसी ने भी उधार से समान लिया हो तो उन्होंने पैसे देने नहीं, नैक्सट टाइम कभी भी समान
देना ही नहीं है उस पर्सन ने, क्योंकि टाइम पीरियड फिक्स होता है. अगर महीने का टाइम है तो महीने के पैसे देने पड़ेंगे. सेम लैंड वाले तो भी होता है, टाइम पीरियड फिक्स होता है. कंपनी नॉर्मली देखोगे हफ्ते 10-10 दिन बाद चेक की पेमेंट होती है, तो उसके अकॉर्डिंग ही सारा बिजनेस पहले तो सेटअप होता है. रिलेटिंग टू द डिसीजन मेकिंग, अकाउंट के ऑलवेज जो है डिसीजन बनाए जाते हैं. जब तक तुम कोई डिसीजन नहीं लोगे बिजनेस रिगार्डिंग, कोई भी बिजनेस आगे सक्सेसफुल नहीं होना है. डिसीजन किस बेस से लोगे, कैश फ्लो से भी ले सकते हैं, बैंक अकॉर्डिंग भी ले सकते हैं, या फिर सेल परचेज अकॉर्डिंग भी ले सकते होंगे. जब तक इस चीजें गलत डिसीजन नहीं होंगी तो फाइनेंस नहीं इंक्रीज होना. फिर लिखे उन्होंने इंटरफेस विद अदर फंक्शन. इस तो इलावा होर कड़े फंक्शन नाल जिहड़ियां थोड़ी फाइनेंस मैनेजमेंट डील करती है. सब तो पहला है मैनुफैक्चरिंग फंक्शन. मैनुफैक्चरिंग की होंगे कोई गुड्स कंपनी बनाती है, अगर वो प्रोडक्शन डिपार्टमेंट के ही ध्यान नहीं देंगे तो फाइनेंस मैनेजमेंट कभी भी अगे नहीं निकलनी, क्योंकि प्रोडक्शन होगी तो ही फाइनेंस रेज बनाएगा. तो उन्होंने उसके नाल भी डील करना पैंता है कि किस प्रकार के इंपलॉय रखने हैं, स्किल बेस्ड लेबर है अनस्किल है, स्किल वाले जो काम आता वही दिता जाए, अनस्किल लेबर का काम कराया जाए, तो उस बेस से भी फाइनेंस मैनेजमेंट वर्क करती है. फिर है मार्केटिंग फाइनेंस. मार्केटिंग के उपर भी फाइनेंस ध्यान करना पैंता है. वो किस तरह करना पैंता है, क्योंकि ये नहीं है कोई भी प्रोडक्ट बनाओ किसी भी मार्केट में सेल हो जाएगा, जरूरी नहीं है. हमेशा कंपनी ये देखते हैं कि जितने सा कंपटीशन लेवल थोड़ा घट हो उ जाके समान सेल करना पसंद कर दी है. बहुत सारी कंपनी तुम देखी होगी समान इधर बनता है लेकिन विकता किसी होर स्टेट के विषय है, या फिर अपना समान मोस्टली बाहर ही एक्सपोर्ट वगैरह होता है. तो उन्होंने पहले तो डिसाइड किया होंगे कि सा मार्केट कही है, कितने असं पैसा लगाना है, उन्नी की उस मार्केट की एडवरटाइजमेंट होंगी है. बहुत सारी कंपनी शायद इदा दुनिया होगी, कई नाम ही नहीं पता अपना, लेकिन उन्होंने एडवरटाइजमेंट अपनी इतने देखें कितने होर एडवरटाइजमेंट होंगी है होर एरिए उस तरह हिसाब से मार्केटिंग फाइनेंस उत्थे भी देखते हैं. फिर है पर्सनल फाइनेंस. पर्सनल फाइनेंस के हो गया पर्सनल फाइनेंस हो गया ह्यूमन रिसोर्स डिपार्टमेंट. ठीक है, पर्सनल डिपार्टमेंट आएगा, अपने खर्चे नहीं लै सकते फाइनेंस के. ह्यूमन रिसोर्स डिपार्टमेंट जिम्मे कह सकते हो कंपनी ने किन्ना मीनस रिलेशन किस तरह होगा. अगर एचआर डिपार्टमेंट ही प्रोपर रखा होगा तो कंपनी सेम या प्रोपर वे अगे जा सकती है. अगर उस डिपार्टमेंट की प्रॉब्लम होगी तो कंपनी कभी भी अगे नहीं जाती है. मोस्टली कंपनियां डिपेंड भी एचआर डिपार्टमेंट से होंगी, क्योंकि उन्होंने टाइम सीरीज थोड़ा टाइम भी सैट कराया होंगे, ड्यूटी टाइम सब दिन कि टाइम जॉब ली है, सैलरी वेजिस सारे जाने जो खुश होंगे सैटिस्फाई होंगे एचआर डिपार्टमेंट तो जाके ही कंपनी के इंपलॉई जो है सैटिस्फाई होंगे. अगर डिपार्टमेंट प्रोपर वर्क नहीं करता तो इंपलॉई ऑटोमोड से लीव करना स्टार्ट हो जाएंगे. ठीक है, एक लिखे स्ट्रैटजी प्लानिंग फाइनेंस. स्ट्रैटजी प्लानिंग भी होंगे मीनस कोई भी डिसीजन लेने हैं या फिर स्ट्रैटजी बनानी है. स्ट्रैटजी के बीच होगी परफॉर्मेंस वगैरह भी देख सकते हैं, इन्वेंटरी रिगार्डिंग भी हो सकती है. अगर परफॉर्मेंस होगी तो उन्होंने रिवॉर्ड सिस्टम वगैरह भी लगा देंगे. तो इन्होंने उपर सारी फाइनेंस जो थोड़ी डील कर दी है. ये सारे फंक्शन 10 नंबर के लिख सकते हैं. क्वेश्चन थोड़ा मोस्टली यही आएगा फाइनेंशियल मैनेजमेंट की है ये फंक्शन की है. तो 10 नंबर के आसानी बहुत सारे फंक्शन लिख लोगे. मार्केटिंग मैनुफैक्चरिंग भी हो गया, 3-4 फंक्शन अपने इन्वेस्टमेंट फाइनेंस और डिविडेंड के पहला पड़े, बाकी सारे फंक्शन थोड़े नाल होंगे. ठीक है, एक क्वेश्चन थोड़ा पेज नंबर है 10 पे. मेथड एंड टूल ऑफ फाइनेंशियल मैनेजमेंट. फाइनेंशियल मैनेजमेंट के मेथड या फिर टूल केड़े होंगे. सब तो पहला जो टूल है फाइनेंशियल मैनेजमेंट के 3 तुम लिखोगे, लॉन्ग टर्म, शॉर्ट टर्म और मीडियम टर्म. फाइनेंशियल मैनेजमेंट 3 टाइम के बीच काम करती है, ज्यादा लॉन्ग टर्म के बीच देखेगी इन्वेस्टमेंट, या फिर शॉर्ट टर्म के बीच, या फिर मीडियम टर्म के बीच. जो लॉन्ग टर्म होगा मोर दैन 10 ईयर्स लिख 5 ईयर्स लिख सकते हो. शॉर्ट टर्म जो थोड़ा होगा लैस दैन 1 ईयर. मीडियम टर्म जो होगा 5 से 1 साल के बीच टाइम होगा उन्होंने लवेंगे मीडियम टर्म. ठीक है, इन्ना टाइम पीरियड अभी लिख लो. उस तो सेकंड पॉइंट लिखा फॉर कैपिटल एक्सपेंसिव डिसीजन फाइनेंशियल मैनेजर यूज वेरियस मेथड लाइक एज ए रेट ऑफ रिटर्न, पे बैक, इंटरनल रेट ऑफ रिटर्न, नेट प्रेजेंट वैल्यू. अगर उन्होंने एक्सपेंसिव बेस से इन्वेस्टमेंट डिसीजन लेने होंगे तो यह 4-5 पॉलिसियां वो यूज करेंगे. इन्होंने सारा दे वैसे चैप्टर थोड़े अगे नाल दी नाल आने है. फिर है वर्किंग कैपिटल हिसाब से. वर्किंग कैपिटल के हिसाब से लोग कितनी टेक्निक्स यूज कर सकते हैं. यूटिलाइजेशन ऑफ करंट रिसोर्सिस, जेडे कंपनी के करंट रिसोर्सिस है. करंट रिसोर्सिस कंपनी को केड़े केड़े होंगे, लेबर, लैंड, मशीनरी. अगर प्रॉपर यूज करेंगे तो मैनेजमेंट प्रॉपर वर्क करेगी. इन द एरिया ऑफ डिविडेंड डिसीजन, अगर डिविडेंड रिकॉर्डिंग वाला डिसीजन लेने होंगे तो डिविडेंड डिक्लेरेशन या फिर इंटरनल फाइनेंसिंग वगैरह कंडीशन देखने कंपनी है. डिविडेंड डिसीजन भी लेने पैंते हैं कि इसको प्रेफरेंस शेयर होल्डर क्लास होंगे ना, जरूरी नहीं है प्रेफरेंस शेयर होल्डर सारे डिविडेंड मिलेगा. इन्होंने क्लासेज होंगे अलग अलग,
ਰਿਡੀਮੇਬਲ ਇਰੀਡੀਮੇਬਲ ਜਾਂ ਫਿਰ ਹੋਰ ਵੀ ਹੋਣਗੇ ਉਸ ਦੇ ਅਕੋਰਡਿੰਗ ਉਹਨਾਂ ਦੇ ਡਿਸੀਜਨ ਫਿਕਸ ਕਰੇ ਜਾਂਦੇ ਹੈਗੇ ਆ। ਇੱਕ ਹੈਗਾ ਫੋਰ ਦੀ ਵੈਲਿਊਏਸ਼ਨ ਆਫ ਦੀ ਫਰਮ ਪਰਫੋਰਮੈਂਸ ਦਾ ਡਿਫਰੈਂਟ ਮੈਥਡ ਰੇਸ਼ੀਓ ਐਨਾਲਿਸਿਸ ਯੂਜ਼ ਕੀਤਾ। ਅਗਰ ਪਰਫੋਰਮੈਂਸ ਦੇਖਣੀ ਹੈਗੀ ਤਾਂ ਇੱਕੋ ਹੀ ਮੈਥਡ ਯੂਜ਼ ਹੁੰਦਾ ਹੁੰਦਾ ਰੇਸ਼ੀਓ, ਕਿਉਂਕਿ ਰੇਸ਼ੀਓ ਦੇ ਵਿੱਚ ਹੀ ਪਰਫੋਰਮੈਂਸ ਦੇਖੀ ਜਾ ਸਕਦੀ ਹੈ ਕੰਪਨੀ ਦੀ। ਮੇਨ ਕੰਸਰਨ ਆਫ ਦੀ ਫਾਈਨੈਂਸ਼ੀਅਲ ਮੈਨੇਜਰ ਟੂ ਪ੍ਰੋਵਾਈਡ ਐਡੂਕੇਟ ਫੰਡ ਫਰੋਮ ਦੀ ਬੈਸਟ ਪੋਸੀਬਲ ਸੋਰਸ ਰਾਈਟ ਟਾਈਮ ਮਿਨੀਮਮ ਕੋਸਟ ਐਂਡ ਇਨਸ਼ੋਰ ਦੀ ਫੰਡਸ ਰਿਕੁਆਇਰਡ ਆਰ ਪੁੱਟ ਆਫ ਪੈਸੀਬਲ ਯੂਜ਼ ਆਫ ਥਰੂ ਵੇਰੀਅਸ ਮੈਥਡ। ਮੇਨ ਜਿਹੜਾ ਮੈਨੇਜਰ ਦਾ ਕੰਮ ਹੁੰਦਾ ਹੈ ਕੰਪਨੀ ਨੂੰ ਇਸ ਤਰ੍ਹਾਂ ਲਾਈਨ ਦੇ ਵਿੱਚ ਲੈ ਕੇ ਜਾਣਾ, ਪੈਸਾ ਵੀ ਇਕੱਠਾ ਕਰਵਾਉਣਾ ਔਰ ਪਲੱਸ ਓਬਜੈਕਟਿਵ ਵੀ ਅਚੀਵ ਕਰਵਾਉਣੇ। ਉਹਦੇ ਲਈ ਟੈਕਨੀਕਸ ਜਿਹੜੀਆਂ ਯੂਜ਼ ਹੁੰਦੀਆਂ ਹੈਗੀਆਂ ਨੇ ਫੰਡ ਬੇਸ ਤੇ ਹੋਣਗੀਆਂ ਜਾਂ ਫਿਰ ਫੋਰਕਾਸਟਿੰਗ ਵਾਲੀਆਂ, ਤੁਸੀਂ ਫੋਰਕਾਸਟਿੰਗ ਜਾਂ ਫਿਰ ਡਿਸੀਜਨ ਮੇਕਿੰਗ ਟੈਕਨੀਕਸ ਇਹਦੇ ਵਿੱਚ ਲਵੋਂਗੇ ਜਾਂ ਟੈਕਨੀਕ ਅਸੀਂ ਯੂਜ਼ ਕਰਦੇ ਹਾਂ। ਤਾਂ ਇਹ ਸੀਗੇ ਤੁਹਾਡੇ ਮੈਥਡ ਜਿਹੜੇ ਤੁਸੀਂ ਫਾਈਨੈਂਸ਼ੀਅਲ ਮੈਨੇਜਮੈਂਟ ਯੂਜ਼ ਕਰਦੀ ਹੈ ਅਲੱਗ ਅਲੱਗ ਵਿਭਾਗ ਦੇ ਵਿੱਚ। ਸਭ ਤੋਂ ਪਹਿਲਾਂ ਹੋਗੇ ਇਨਵੈਸਟਮੈਂਟ, ਤਿੰਨ ਟਾਈਪ ਨਾਲ ਹੋਏਗੀ, ਸ਼ੋਰਟ ਟਰਮ, ਲੋਂਗ ਟਰਮ ਔਰ ਮੀਡੀਅਮ ਟਰਮ। ਫਿਰ ਤੁਹਾਡੀ ਹੈਗੀ ਕੈਪੀਟਲ ਐਕਸਪੈਂਸਿਵ ਦੇ ਅਕੋਰਡਿੰਗ, ਫਿਰ ਡਿਸੀਜਨ ਦੇ ਅਕੋਰਡਿੰਗ ਹੈ, ਫਿਰ ਵਰਕਿੰਗ ਕੈਪੀਟਲ ਦੇ ਅਕੋਰਡਿੰਗ ਹੈ, ਇੱਕ ਡਿਵੀਡੈਂਡ ਦੇ ਅਕੋਰਡਿੰਗ ਹੈ। ਇਹ ਸਾਰਿਆਂ ਦੇ ਅਲੱਗ ਅਲੱਗ ਟੂਲਸ ਉਹਨਾਂ ਨਾਲ ਲਿਖਣੇ ਪੈਣਗੇ ਅਗਰ ਆ ਜਾਂਦਾ ਹੈ ਤਾਂ। ਮੇਨ ਕੁਐਸਚਨ ਇੱਕ ਹੋਰ 10 ਨੰਬਰ ਦਾ ਹੋ ਸਕਦਾ ਹੈ, ਫੋਰਮ ਆਫ ਦੀ ਬਿਜ਼ਨਸ। ਬੀਕੌਮ ਸਭ ਦੀ ਬੀਕੌਮ ਦੇ ਵਿੱਚ ਰਿਸਰਚ ਕਰਿਆ ਹੋਇਆ, ਬਿਜ਼ਨਸ ਦੀਆਂ ਫੋਰਮਸ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਹੁੰਦੀ ਹੈ ਪ੍ਰੋਪਰਾਈਟਰਸ਼ਿਪ। ਪ੍ਰੋਪਰਾਈਟਰਸ਼ਿਪ ਹੁੰਦੀ ਹੈ, ਸਿੰਗਲ ਪਰਸਨ ਓਨਰ ਹੁੰਦਾ ਹੈ, ਸਿੰਗਲ ਪਰਸਨ ਹੀ ਬਿਜ਼ਨਸ ਸਟਾਰਟ ਕਰਦਾ ਹੈਗਾ। ਜਿੰਨਾ ਪ੍ਰੋਫਿਟ ਹੋਏਗਾ ਸਿੰਗਲ ਪਰਸਨ ਦਾ ਹੋਏਗਾ, ਅਗਰ ਲੋਸ ਹੋਏਗਾ ਤਾਂ ਉਹ ਵੀ ਸਿੰਗਲ ਪਰਸਨ ਦਾ ਹੋਏਗਾ। ਇਹਦੇ ਵਿੱਚ ਜਿਹੜਾ ਬਿਜ਼ਨਸ ਮੋਸਟਲੀ ਹੁੰਦਾ ਸਮਾਲ ਬਿਜ਼ਨਸ ਹੁੰਦਾ, ਮੀਨਸ ਛੋਟਾ ਜਿਹਾ ਬਿਜ਼ਨਸ ਹੀ ਕੋਈ ਪਰਸਨ ਸਟਾਰਟ ਕਰ ਲੈਂਦਾ। ਜਿਵੇਂ ਇਹਨਾਂ ਨੇ ਐਗਜ਼ਾਮਪਲ ਲਿਖੀ, ਇਹਨਾਂ ਨੇ ਬੇਕਰੀ ਸ਼ੋਪ ਹੋ ਗਿਆ, ਜਿਵੇਂ ਬੇਕ ਸ਼ੋਪ, ਪਰਸਨਲ ਟ੍ਰੇਨਰ ਹੈ, ਪਲੰਬਰ, ਕੋਈ ਸਿੰਪਲ ਜਿਹਾ ਬਿਜ਼ਨਸ ਤੁਸੀਂ ਆਪਣਾ ਸਟਾਰਟ ਕੀਤਾ ਹੋਇਆ, ਉਹਨੂੰ ਅਸੀਂ ਕਹਾਂਗੇ ਪ੍ਰੋਪਰਾਈਟਰਸ਼ਿਪ। ਇਹਦੇ ਵਿੱਚ ਹਿੰਦੂ ਅਨਡਿਵਾਈਡਡ ਫੈਮਿਲੀ ਵੀ ਆ ਜਾਂਦਾ ਹੈਗਾ, ਉਹਦੇ ਵਿੱਚ ਵੀ ਫੈਮਿਲੀ ਨੇ ਜਿਵੇਂ ਬਿਜ਼ਨਸ ਸਟਾਰਟ ਕਰਨਾ, ਇੱਕ ਪਰਸਨ ਹੀ ਹੁੰਦਾ ਉਹਨੂੰ ਪ੍ਰੋਪਰਾਈਟਰਸ਼ਿਪ ਕਹਿੰਦੇ ਹੈਗੇ, ਤਾਂ ਉਹਨਾਂ ਦਾ ਜ਼ਿਆਦਾਤਰ ਬਿਜ਼ਨਸ ਛੋਟੇ ਬਿਜ਼ਨਸ ਹੁੰਦੀ ਹੈ। ਫਿਰ ਹੈਗਾ ਪਾਰਟਨਰਸ਼ਿਪ, ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਬੰਦੇ ਮਿਲ ਕੇ ਬਿਜ਼ਨਸ ਸਟਾਰਟ ਕਰ ਲੈਂਦੇ, ਉਹਨੂੰ ਕਹਿੰਦੇ ਅਸੀਂ ਪਾਰਟਨਰਸ਼ਿਪ। ਪਾਰਟਨਰਸ਼ਿਪ ਦੇ ਵਿੱਚ ਕੀ ਹੈ, ਪ੍ਰੋਫਿਟ ਸ਼ੇਅਰਿੰਗ ਰੇਸ਼ੋ ਪਹਿਲਾਂ ਤੋਂ ਹੀ ਡਿਸਾਈਡ ਹੋਈ ਹੁੰਦੀ ਹੈ, ਜਿੰਨਾ ਪ੍ਰੋਫਿਟ ਹੋਏਗਾ ਸ਼ੇਅਰ ਕਿਸ ਤਰ੍ਹਾਂ ਹੋਏਗਾ। ਜਿਹੜੀ ਇਹਦੇ ਵਿੱਚ ਮੇਨ ਇੱਕ ਡੀਡ ਬਣਦੀ ਉਹਨੂੰ ਵੀ ਕਹਿੰਦੇ ਡੀਡ ਆਫ ਪਾਰਟਨਰਸ਼ਿਪ। ਉਹਦੇ ਸਪੈਕਟਸ ਵੀ ਨਾਲ ਅਗਰ ਲਿਖਣ ਨੂੰ ਪੁੱਛ ਲੈਣ ਤਾਂ ਲਿਖਣੇ ਪੈਣਗੇ। ਪਤਾ ਡੀਡ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਹੁੰਦੀਆਂ? ਨਹੀਂ ਏਦਾਂ ਜ਼ਰੂਰੀ ਨਹੀਂ, ਡੀਡ ਦੇ ਵਿੱਚ ਸਾਰੀਆਂ ਗੱਲਾਂ ਪਹਿਲਾਂ ਤੋਂ ਡਿਸਾਈਡ ਲਿਖ ਲੈਂਦੇ ਆ ਪਾਰਟਨਰ ਵੀ ਅਸੀਂ ਪ੍ਰੋਫਿਟ ਹੋਏਗਾ ਕਿੰਨੇ ਪਰਸੈਂਟ ਰੱਖਾਂਗੇ, ਲੋਸ ਹੋਏਗਾ ਕਿੰਨੇ ਪਰਸੈਂਟ ਹੋਏਗਾ, ਲਾਇਬਿਲਿਟੀ ਕਿੰਨੀ ਹੋਏਗੀ, ਠੀਕ ਹੈ, ਐਸੈਟਸ ਕਿੰਨੀਆਂ ਲਗਾਉਣੀ ਹੈਗੀ, ਉਹ ਸਾਰਾ ਕੁਝ ਪਹਿਲਾਂ ਤੋਂ ਡਿਸਾਈਡ ਹੁੰਦਾ। ਨੇਮ ਪਾਰਟਨਰ ਦੇ, ਉਹਨਾਂ ਦੇ ਐਡਰੈਸ ਕਿੱਥੇ ਦੇ ਹੈਗੇ ਆ, ਕੰਪਨੀ ਦੇ ਵਿੱਚ ਉਹਨਾਂ ਦਾ ਕੰਮ ਕੀ ਹੈਗਾ, ਉਹ ਸਾਰਾ ਕੁਝ ਪਹਿਲਾਂ ਤੋਂ ਡਿਸਾਈਡ, ਉਹਨੂੰ ਕਹਿੰਦੇ ਆ ਪਾਰਟਨਰਸ਼ਿਪ ਡੀਡ। ਇੱਕ ਹੈਗੀ ਕੰਪਨੀ ਦੀ ਫੋਰਮ, ਜਦੋਂ ਸਾਡੇ ਕੋਲ ਜਦੋਂ ਕੋਈ ਬਿਜ਼ਨਸ ਜਿਵੇਂ 10 ਜਾਂ 10 ਤੋਂ ਵੱਧ ਬੰਦੇ ਮਿਲ ਕੇ ਸਟਾਰਟ ਕਰਦੇ, ਜਾਂ ਫਿਰ ਤੁਸੀਂ 7 ਲੈ ਸਕਦੇ ਹੋ, 7 ਤੋਂ ਜ਼ਿਆਦਾ ਬੰਦੇ ਮਿਲ ਕੇ ਸਟਾਰਟ ਕਰ ਲੈਂਦੇ ਤਾਂ ਉਹ ਕੰਪਨੀ ਹੋ ਜਾਂਦੀ ਹੈ। ਅਗਰ 10 ਤੋਂ ਜ਼ਿਆਦਾ ਬੰਦੇ ਬਿਜ਼ਨਸ ਸਟਾਰਟ ਕਰ ਲੈਂਦੇ ਤਾਂ ਉਹ ਬੈਂਕਿੰਗ ਬਿਜ਼ਨਸ ਵੀ ਹੋ ਜਾਂਦਾ ਹੈਗਾ, ਠੀਕ ਹੈ, ਕੋਈ ਵੀ ਲਿਮਿਟ ਨਹੀਂ ਹੁੰਦੀ ਇਹਨਾਂ ਦੇ ਵਿੱਚ ਫਿਕਸ, 7 ਤੋਂ ਜ਼ਿਆਦਾ ਮੈਂਬਰ ਹੋਣੇ ਚਾਹੀਦੇ ਤਾਂ ਉਹ ਕੰਪਨੀ ਹੋ ਜਾਏਗੀ। ਕੰਪਨੀ ਦਾ ਜਿਹੜਾ ਬਿਜ਼ਨਸ ਹੁੰਦਾ ਉਹ ਵੱਡਾ ਬਿਜ਼ਨਸ ਤੁਸੀਂ ਲੈ ਸਕਦੇ ਹੋ, ਸਮਾਲ ਬਿਜ਼ਨਸ ਦੇ ਵਿੱਚ ਕੰਪਨੀ ਬਣਦੀ ਹੈ। ਪਾਰਟਨਰਸ਼ਿਪ ਦੇ ਵਿੱਚ ਜਿਹੜੇ ਹੈ 20 ਤੱਕ ਤੁਸੀਂ ਲਿਜਾ ਸਕਦੇ ਹੋ, ਇਸ ਤੋਂ ਉੱਪਰ ਨਹੀਂ ਹੁੰਦੇ, ਫਿਰ ਉਹਨਾਂ ਨੂੰ ਕੰਪਨੀ ਘੋਸ਼ਿਤ ਕਰਨੀ ਪਬਲਿਕ ਦੇ ਵਿੱਚ, ਜਿੰਨੀ ਕੋਈ ਲਿਮਿਟ ਨਹੀਂ ਹੈ, ਜਿੰਨੇ ਮਰਜ਼ੀ ਤੁਸੀਂ ਲਿਜਾ ਸਕਦੇ ਹੋ, ਲੇਕਿਨ ਪਾਰਟਨਰਸ਼ਿਪ ਦੇ ਵੀ 20 ਰੱਖ ਸਕਦੇ ਹੋ ਮੈਕਸੀਮਮ। ਵੀ ਅਗਰ 20 ਤੋਂ ਉੱਪਰ ਫਿਰ ਕੰਪਨੀ ਘੋਸ਼ਿਤ ਕਰਨੀ ਹੁੰਦੀ ਕੰਪਨੀ, ਉਹਨਾਂ ਦਾ ਬਿਜ਼ਨਸ ਜੋ ਐਕਸਪੈਂਡ ਹੋ ਜਾਂਦਾ, ਮੀਨਸ ਜ਼ਿਆਦਾ ਤੋਂ ਵੱਡਾ ਏਰੀਆ ਅਲੱਗ ਅਲੱਗ ਬ੍ਰਾਂਚਿਸ ਜਿਵੇਂ ਖੁੱਲ ਜਾਂਦੀ, ਉਹਨੂੰ ਅਸੀਂ ਕੰਪਨੀ ਫੋਰਮ ਦੇ ਵਿੱਚ ਲੈਣਾ ਪੈਂਦਾ ਹੈਗਾ, ਫਿਰ ਅਲੱਗ ਅਲੱਗ ਡਿਪਾਰਟਮੈਂਟ ਹੋ ਜਾਂਦੇ ਨੇ। ਪਾਰਟਨਰਸ਼ਿਪ ਜ਼ਿਆਦਾਤਰ ਛੋਟੀ ਬਿਜ਼ਨਸ ਦੇ ਵਿੱਚ ਹੀ ਹੁੰਦੀ, ਜ਼ਿਆਦਾ ਨਹੀਂ। ਜਦੋਂ ਬਿਜ਼ਨਸ ਤੁਹਾਡਾ ਐਕਸਪੈਂਡ ਹੋ ਗਿਆ ਤਾਂ ਉਹ ਕੰਪਨੀ ਫੋਰਮ ਦੇਣੀ ਪਏਗੀ, ਉਹਨਾਂ ਨਾਮ ਚੇਂਜ ਹੋਏਗਾ, ਰਜਿਸਟਰਡ ਹੋਏਗੀ ਉਹ ਕੰਪਨੀ ਫਿਰ, ਠੀਕ ਹੈ। ਐਕਟ ਵੀ ਤੁਹਾਨੂੰ ਫਿਰ ਉਹਦੇ ਨਾਲ ਦੇਣੇ ਪੈਂਦੇ ਹੈਗੇ, ਜਿਵੇਂ ਪਾਰਟਨਰਸ਼ਿਪ ਦਾ 1932 ਐਕਟ ਹੈਗਾ, ਉਹ ਨਾਲ ਲਿਖਾਂਗੇ ਤੁਸੀਂ ਪਾਰਟਨਰਸ਼ਿਪ। ਤਾਂ ਇਹ ਤਿੰਨ ਫੋਰਮ ਸੀਗੀਆਂ ਤੁਹਾਡੀਆਂ ਮੇਨ ਜਿਹੜੀਆਂ ਨਾਲ ਲਿਖੀਆਂ ਹੈਗੀਆਂ ਨੇ। ਇੱਕ ਦੇਖੋ ਇਹਨਾਂ ਨੇ ਇਹਦੇ ਸਟਰੈਂਥ ਪਲੱਸ ਵੀਕਨੈਸ ਵੀ ਲਿਖੀਆਂ ਹੋਈਆਂ, ਜਿਵੇਂ ਗ੍ਰਾਫ ਬਣਾ ਕੇ ਦਿਖਾਇਆ ਹੋਇਆ ਤੁਹਾਡੇ ਵਿੱਚ। ਸਟਰੈਂਥ ਕੀ ਹੈਗੀ, ਸੋਲ ਪ੍ਰੋਪਰਾਈਟਰਸ਼ਿਪ ਦੀਆਂ, ਓਨਰ ਜਿਹੜੀਆਂ ਰਿਸੀਵ ਜੋ ਆਲ ਪ੍ਰੋਫਿਟ ਦੇ ਓਨਰ ਕੋਲ ਜਾਂਦਾ ਹੈਗਾ, ਚਾਹੇ ਲੋਸ ਹੋਵੇ ਸਾਰਾ ਉਹਦੇ ਕੋਲ ਹੀ ਜਾਂਦਾ ਹੈਗਾ। ਪਾਰਟਨਰਸ਼ਿਪ ਦੇ ਵਿੱਚ ਕੀ ਹੈ, ਮੋਰ ਫੰਡ ਰੇਜ਼ ਕਰ ਸਕਦੇ ਸੋਲ ਪ੍ਰੋਪਰਾਈਟਰਸ਼ਿਪ, ਅਗਰ ਕਿਤੇ ਵੀ ਪੈਸੇ ਦੀ ਲੋੜ ਪਈ ਪਾਰਟਨਰਸ਼ਿਪ ਦੇ ਵਿੱਚ। ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਉਹ ਪੈਸਾ ਇਕੱਠਾ ਨਹੀਂ ਹੋ ਸਕਦਾ, ਮੰਨ ਲਓ ਬਿਜ਼ਨਸ ਦੀ ਲੋੜ ਪਈ, ਲੇਕਿਨ ਪਾਰਟਨਰਸ਼ਿਪ ਦੇ ਵਿੱਚ ਇਕੱਠਾ ਹੋ ਜਾਏਗਾ, ਪਾਰਟਨਰ ਹੋਰ ਐਡ ਹੋ ਜਾਏਗਾ ਜਾਂ ਫਿਰ ਜਿਹੜੇ ਪਾਰਟਨਰ ਹੈਗੇ ਨੇ ਪੈਸਾ ਲਗਾ ਦੇਣਗੇ। ਕੰਪਨੀ ਦੇ ਵਿੱਚ ਕੀ ਹੈ, ਲਾਇਬਿਲਟੀ ਜਿਹੜੀ ਲਿਮਿਟਡ ਹੁੰਦੀ ਹੈ, ਇਹ ਵੀ ਕਹਿੰਦੇ ਸਟਰੈਂਥ ਹੈਗੀ ਹੈ। ਜਿਵੇਂ ਪਾਰਟਨਰਸ਼ਿਪ ਦੇ ਵਿੱਚ ਲਾਇਬਿਲਟੀ ਜੋ ਹੈ ਫਿਕਸ ਹੁੰਦੀ ਸੱਚ, ਜਦੋਂ ਕੰਪਨੀ ਬੰਦ ਹੋਏਗਾ ਪੈਸੇ ਦੀ ਲੋੜ ਪਈ ਤਾਂ ਉਹਨਾਂ ਨੂੰ ਘਰ ਵੇਚਣ ਦੀ ਲੋੜ ਪਈ ਤਾਂ ਦੇਣਾ ਪੈਂਦਾ ਹੈਗਾ ਉਹਨਾਂ ਨੂੰ, ਠੀਕ ਹੈ, ਪੈਸੇ। ਲੇਕਿਨ ਕੰਪਨੀ ਦੇ ਵਿੱਚ ਲਾਇਬਿਲਟੀ ਜੋ ਹੈ ਲਿਮਿਟਡ ਹੁੰਦੀ ਹੈ, ਜਿੰਨੇ
डेथ होगी या कोई पार्टनर चला गया तो कंपनी की डिसॉल्व हो जाती है, दोबारा तो दोबारा कंपनी बना देंगे. मोर एक्सपेंसिव ऑर्गेनाइज द फॉर्म ऑफ बिजनेस सब्जेक्ट ग्रेटर कंट्रोल बाय रेगुलेटिंग अथॉरिटीज. ए कंपनी के पीछे एक्सपेंसिव भी ज्यादा होंगे ने, बिजनेस जो है अलग अलग अथॉरिटी द्वारा चलाया जाता है, एक इन्हों की वीकनेस यह भी होंगी है. सारे जरूरी नहीं है भी एक ही मैंबर दसा भी एक ही मैंबर चलाएगा कंपनी, हरेक की अलग अलग राय होंगी उसके अकॉर्डिंग बिजनेस चलाना है. कई बार जो है खर्चे बढ़ भी जाते हैं, तो इन्होंने तिना की वीकनेस भी उन्होंने सुझाव दी हुई है. कुछ पॉइंट होर भी ने खुद तुम वैसे करे भी उन्होंने पढ़ लियो. अगर वो वीकनेस प्लस स्ट्रेंथ पूछते हैं हरेक की, फिर आप कले कले लिखा, इन्होंने पैरा बना के लिखने जरूर नहीं, जिम्मे इन्होंने बनाया प्रोपराइटरशिप की अलग लिखोंगे, वीकनेस भी अलग लिखोगे, पार्टनरशिप की अलग वीकनेस और स्ट्रॉन्गनेस. प्रोपराइटर मस्ट बी जैक ऑफ ऑल ट्रेड्स, जिन्ने भी काम होने जिन्ने भी उन्होंने जैक ऑफ ऑल ट्रेड्स कह सकते हैं, जिन्ने भी काम हो रहे हैं एक जैक होता उन्होंने, कितने कोई प्रॉब्लम आई तो उन्होंने खुद ही सफर करना पेगा. पार्टनरशिप के अलग अलग परसन होंगे, कई बार पैसे लोड भी तो दूसरे परसन तो पैसे लगा के उन्होंने रेशियो इनक्रीज हो सकती है, लेकिन प्रोपराइटरशिप के कुछ भी रेशियो इनक्रीज नहीं होने, तो बिजनेस जो है लॉस के जाएगा, लास्ट के बंद ही होना. मीनस कोई भी तुम काम करना है तो एक परसन ही देखना पेगा, काम बढ़ाने के कई बार प्रॉब्लम आती है प्रोपराइटरशिप के. कॉरपोरेट फाइनेंस बिजनेस फाइनेंस ही होंगे. चैप्टर हो गया खत्म.